ਸਤਿ ਸ਼੍ਰੀ ਅਕਾਲ ਪੰਜਾਬ ਸਿੰਘ ਦੇ ਚੈਨਲ 'ਤੇ ਜੀ ਆਇਆਂ ਨੂੰ, ਅਤੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਜੀ ਪੰਜਾਬੀ ਦੇ ਇਮਤਿਹਾਨ ਦੀ ਤਿਆਰੀ ਕਰਨ ਦੀ, ਅਤੇ ਯੂਨਾਨੀ ਕਾਵਿ ਸ਼ਾਸਤਰ ਦੇ ਵਿੱਚ ਭਾਗ ਪੰਜਵਾਂ ਲੈ ਕੇ ਆਏ ਹਾਂ ਅੱਜ ਆਪਾਂ, ਅਤੇ ਕੋਸ਼ਿਸ਼ ਕਰਾਂਗੇ ਅੱਗੇ। ਜਿਹੜਾ ਹੁਣ ਤੱਕ ਤੁਸੀਂ ਨਵੇਂ ਆਏ ਹੋ ਚੈਨਲ 'ਤੇ ਤਾਂ ਪਿਛਲੀ ਵੀਡੀਓ ਜ਼ਰੂਰ ਦੇਖਿਓ, ਫਿਰ ਤੁਸੀਂ ਸਾਡੇ ਇਸ ਭਾਗ ਨਾਲ ਜੁੜਿਓ। ਅਤੇ ਅਰਸਤੂ ਬਾਰੇ ਗੱਲ ਕਰ ਰਹੇ ਹਾਂ, ਅਰਸਤੂ ਦੇ ਨਾਲ ਸੰਬੰਧਿਤ ਭਾਗ ਸਾਡਾ ਦੂਜਾ, ਅਤੇ ਵੀਡੀਓ ਸ਼ੁਰੂ ਕਰਨ ਲੱਗੇ ਹਾਂ ਜੀ। ਜਿੰਨਾ ਸਕਰੀਨ 'ਤੇ ਦੇਖ ਰਹੇ ਹੋ ਇੱਥੇ ਤੱਕ ਆਪਾਂ ਪੜ੍ਹ ਚੁੱਕੇ ਹਾਂ। ਅਤੇ ਹੁਣ ਜਿਹੜੀ ਅਗਲੀ ਗੱਲ ਜਿੱਥੇ ਗੱਲ ਖਤਮ ਕੀਤੀ ਸੀ ਉਹ ਇਹ ਸੀਗਾ ਕਿ ਅਰਸਤੂ ਨੇ ਕਾਵਿ ਦੇ ਦੋ ਪ੍ਰਯੋਜਨ ਮੰਨੇ ਨੇ, ਸਿੱਖਿਆ ਅਤੇ ਆਨੰਦ। ਸਿੱਖਿਆ ਦਾ ਮਤਲਬ ਕੀ ਹੈ? ਗਿਆਨ ਹਾਸਿਲ ਕਰਨਾ। ਅਤੇ ਜਦੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜਾਂ ਸਿੱਖਿਆ ਮਿਲਦੀ ਹੈ ਤਾਂ ਉਹਦਾ ਆਖਿਰਕਾਰ ਸਾਨੂੰ ਉਹਦੇ ਵਿੱਚੋਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਬੇਸ਼ੱਕ ਅੱਜ ਦੀ ਅਸੀਂ ਸਿੱਖਿਆ ਦੀ ਗੱਲ ਕਰੀਏ ਜਾਂ ਪਹਿਲਾਂ ਤੋਂ ਜਿਹੜਾ ਗਿਆਨ ਦੀ ਗੱਲ ਕਰਦੇ ਹਾਂ, ਅਸਲ 'ਚ ਉਹਦਾ ਮਕਸਦ ਹੁੰਦਾ ਹੀ ਆਨੰਦ ਦੀ ਪ੍ਰਾਪਤੀ। ਜਦੋਂ ਤੁਹਾਨੂੰ ਆਨੰਦ ਪ੍ਰਾਪਤ ਹੋ ਗਿਆ ਤਾਂ ਸਮਝ ਲਓ ਕਿ ਤੁਸੀਂ ਕੁਝ ਸਿੱਖ ਲਿਆ ਜ਼ਿੰਦਗੀ ਵਿੱਚ। ਅਰਸਤੂ ਦੇ ਲਫਜ਼ਾਂ ਵਿੱਚ ਅਨੁਕਰਨ ਦੀ ਵਜ੍ਹਾ ਨਾਲ ਮਿਲਣ ਵਾਲਾ ਆਨੰਦ, ਜਿਹੜਾ ਅਨੁਕਰਨ ਦੀ ਵਜ੍ਹਾ ਨਾਲ ਮਿਲਣ ਵਾਲਾ ਆਨੰਦ ਹੈ। ਕਿਉਂਕਿ ਅਗਲੀ ਗੱਲ ਬਹੁਤ ਧਿਆਨ ਦੇ ਨਾਲ ਯਾਦ ਰੱਖ ਲਿਓ, ਦਿਮਾਗ 'ਚ ਲਿਖ ਲਿਓ ਬੇਸ਼ੱਕ। ਅਨੁਕਰਨ ਤਾਂ ਕਲਪਨਾ ਅਤੇ ਭਾਵਾਂ ਦੇ ਆਸਰੇ ਕੀਤਾ ਗਿਆ ਪੁਨਰ ਨਿਰਮਾਣ ਹੈ। ਅਰਸਤੂ ਕੀ ਕਹਿ ਰਿਹਾ? ਅਨੁਕਰਨ ਆ ਜਿਹੜਾ ਕਲਪਨਾ ਅਤੇ ਭਾਵਾਂ ਦੇ ਸਹਾਰੇ ਕੀਤਾ ਗਿਆ ਪੁਨਰ ਨਿਰਮਾਣ ਹੈ, ਅਤੇ ਇਸੇ ਪੁਨਰ ਨਿਰਮਾਣ ਦੀ ਵਜ੍ਹਾ ਕਰਕੇ ਸਾਨੂੰ ਸਿੱਖਿਆ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸਿੱਖਿਆ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਕਾਵਿ ਸੱਚ ਬਾਰੇ ਪਲੈਟੋ ਨੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਹਿਲਾਂ ਪੜ੍ਹਿਆ ਆਪਾਂ ਕਿ ਕਾਵਿ ਸੱਚ ਤੋਂ ਤਿੰਨ ਗੁਣਾ ਦੂਰ ਹੁੰਦਾ ਹੈ, ਪਲੈਟੋ ਨੇ ਕਿਹਾ ਸੀ ਇਹ। ਪਰ ਜਿਹੜਾ ਅਰਸਤੂ ਨੇ ਕਾਵਿ ਸੱਚ ਬਾਰੇ ਚਰਚਾ ਕਰਨ ਤੋਂ ਪਹਿਲਾਂ ਇਹਨੇ ਗੱਲ ਕੀਤੀ, ਇਹ ਦੱਸਣਾ ਚਾਹਿਆ ਕਿ ਕਾਵਿ ਸੱਚ ਅਤੇ ਵਸਤੂ ਸੱਚ ਬਿਲਕੁਲ ਵੱਖੋ ਵੱਖਰੇ ਸੰਕਲਪ ਹਨ। ਅਰਸਤੂ ਨੇ ਕਾਵਿ ਸੱਚ ਅਤੇ ਵਸਤੂ ਸੱਚ ਨੂੰ ਵੱਖੋ ਵੱਖਰੇ ਸੰਕਲਪ ਮੰਨਿਆ ਜੀ। ਕਾਵਿ ਸੱਚ ਅਤੇ ਇਤਿਹਾਸਕ ਸੱਚ ਵਿਚਕਾਰ ਨਖੇੜਾ ਕਰਦਿਆਂ ਕੀ ਗੱਲ ਕੀਤੀ ਹੈ, ਇਹ ਵੀ ਇਮਤਿਹਾਨ ਦੇ ਪੱਖ ਤੋਂ ਜ਼ਰੂਰੀ ਹੈ ਜੀ। ਅਰਸਤੂ ਕਹਿੰਦਾ ਹੈ ਕਿ ਕਵੀ ਦਾ ਫਰਜ਼ ਹੈ ਜੋ ਕੁਝ ਹੋ ਚੁੱਕਾ ਹੈ ਉਸਦਾ ਵਰਣਨ ਕਰਨਾ, ਕਵੀ ਦਾ ਫਰਜ਼ ਹੈ। ਇਤਿਹਾਸਕ ਵਾਪਰੀਆਂ ਹੋਈਆਂ ਘਟਨਾਵਾਂ ਸਿਲਸਿਲੇਵਾਰ ਇਕੱਠੀਆਂ ਕਰਦਾ ਹੈ, ਜਦਕਿ ਕਵੀ ਇਤਿਹਾਸਕਾਰ ਕੀ ਕਰਦਾ? ਉਹ ਵਾਪਰੀਆਂ ਹੋਈਆਂ ਘਟਨਾਵਾਂ ਨੂੰ ਸਿਲਸਿਲੇਵਾਰ ਇਕੱਠੀਆਂ ਕਰਦਾ ਹੈ, ਜਦਕਿ ਕਵੀ ਉਹਨਾਂ ਘਟਨਾਵਾਂ ਨੂੰ ਪੇਸ਼ ਕਰਦਾ ਹੈ ਜੋ ਵਾਪਰ ਸਕਦੀਆਂ ਹਨ। ਇਤਿਹਾਸ ਦੇ ਸਹਾਰੇ ਆਪਾਂ ਗੱਲ ਕਰ ਸਕਦੇ ਹਾਂ। ਅਰਸਤੂ ਕੀ ਕਹਿ ਰਿਹਾ? ਸੱਚ ਦੋ ਤਰ੍ਹਾਂ ਦਾ ਹੋ ਸਕਦਾ, ਸਭ ਵਿਆਪਕ ਜਿਹਨੂੰ ਆਮ ਮੰਨਿਆ, ਸੱਚ ਅਤੇ ਖਾਸ ਸੱਚ ਦੋ ਤਰ੍ਹਾਂ ਦੇ ਸੱਚ ਮੰਨਦੇ ਆ। ਸਰਬ ਵਿਆਪਕ ਸੱਚ ਦਾ ਮਤਲਬ ਕੀ ਹੈ? ਉਹਦਾ ਸੁਭਾਅ ਕਲਾਸਕੀ ਅਤੇ ਅਬਦਲ ਹੁੰਦਾ ਹੈ, ਅਬਦਲ ਜਿਹੜਾ ਸਰਬ ਵਿਆਪਕ ਆ ਮਤਲਬ ਨਹੀਂ ਬਦਲ ਸਕਦਾ। ਵਾਪਰ ਚੁੱਕੀਆਂ ਘਟਨਾਵਾਂ ਜਦੋਂ ਦੇਸ਼ ਕਾਲ ਅਤੇ ਯੁੱਗ ਸੰਦਰਭ ਵਿੱਚ ਵਰਣਨ ਕੀਤੀਆਂ ਜਾਂਦੀਆਂ ਹਨ ਤਾਂ ਉਹ ਖਾਸ ਬਣ ਜਾਂਦੀਆਂ ਹਨ। ਜਿਹੜੀਆਂ ਵਾਪਰ ਚੁੱਕੀਆਂ ਘਟਨਾਵਾਂ ਨੇ ਉਹਨਾਂ ਨੂੰ ਕਿਸੇ ਕਿਸੇ ਖਾਸ ਦੇਸ਼ ਕਾਲ ਅਤੇ ਯੁੱਗ ਸੰਦਰਭ ਦੇ ਵਿੱਚ ਜਦੋਂ ਪੇਸ਼ ਕੀਤਾ ਜਾਂਦਾ ਤਾਂ ਉਹ ਖਾਸ ਬਣ ਜਾਂਦੀਆਂ ਨੇ। ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਆ। ਕਾਵਿ ਸੱਚ ਖਾਸ ਸੱਚ ਦੀ ਤੁਲਨਾ ਵਿੱਚ ਜ਼ਿਆਦਾ ਸੁੰਦਰ ਅਤੇ ਉਤਕ੍ਰਿਸ਼ਟ ਹੁੰਦਾ ਹੈ। ਅਰਸਤੂ ਕਾਵਿ ਸੱਚ ਨੂੰ ਜ਼ਿਆਦਾ ਸੁੰਦਰ ਮੰਨ ਰਿਹਾ ਜੀ ਖਾਸ ਸੱਚ ਦੀ ਤੁਲਨਾ ਦੇ ਵਿੱਚ। ਸਥੂਲ ਅਤੇ ਭੌਤਿਕ ਸੱਚ ਤੋਂ ਦੂਰ ਕਾਵਿ ਸੱਚ ਮਾਨਵ ਜੀਵਨ ਦੀ ਵਿਆਪਕਤਾ ਦਾ ਸੱਚ ਹੁੰਦਾ ਹੈ। ਇੱਕ ਇੱਕ ਸ਼ਬਦ ਦਿਮਾਗ ਦੇ ਵਿੱਚ ਫਿੱਟ ਕਰ ਲਓ। ਸਥੂਲ ਅਤੇ ਭੌਤਿਕ ਸੱਚ ਤੋਂ ਦੂਰ ਕਾਵਿ ਸੱਚ ਮਾਨਵ ਜੀਵਨ ਦੀ ਵਿਆਪਕਤਾ ਦਾ ਸੱਚ ਹੁੰਦਾ ਹੈ। ਤ੍ਰਾਸਦੀ ਦੀ ਪਰਿਭਾਸ਼ਾ ਦੇਣ ਵਾਲੇ ਅਰਸਤੂ ਦੱਸ ਰਿਹਾ ਕਿ ਤ੍ਰਾਸਦੀ ਦੇ ਉਦੇਸ਼ ਦਾ ਜ਼ਿਕਰ ਕੀਤਾ ਨਾਲ ਉਹਨੇ ਪਰਿਭਾਸ਼ਾ ਦਿੰਦੇ ਹਾਂ। ਤ੍ਰਾਸਦੀ ਅਤੇ ਕਰੁਣਾ ਦੇ ਭਾਵ ਜਗਾ ਕੇ, ਤ੍ਰਾਸਦੀ ਅਤੇ ਕਰੁਣਾ ਦੇ ਭਾਵ ਜਗਾ ਕੇ ਇਹਨਾਂ ਮਨੋਵਿਕਾਰਾਂ ਦਾ ਵਿਰੇਚਨ ਕਰਨਾ, ਮਨੋਵਿਕਾਰਾਂ ਦਾ ਵਿਰੇਚਨ ਕਰਨਾ ਹੀ ਤ੍ਰਾਸਦੀ ਦਾ ਉਦੇਸ਼ ਹੁੰਦਾ ਹੈ। ਅਰਸਤੂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਾਵਿ ਸਮਾਜ ਲਈ ਕਲਿਆਣਕਾਰੀ ਮੰਨ ਰਿਹਾ ਜੀ ਇਹ ਚੀਜ਼ ਨੂੰ, ਅਤੇ ਕਿਉਂਕਿ ਆਤਮਾ ਲਈ ਨੁਕਸਾਨਦੇਹ ਕਰੁਣਾ ਅਤੇ ਭੈ ਵਰਗੇ, ਜਿਹੜੀਆਂ ਦੋ ਚੀਜ਼ਾਂ ਨੁਕਸਾਨਦੇਹ ਨੇ ਕਰੁਣਾ ਅਤੇ ਭੈ ਵਰਗੇ ਮਨੋਭਾਵਾਂ ਨੂੰ ਜਗਾ ਕੇ ਉਹਨਾਂ ਦਾ ਵਿਰੇਚਨ ਕਰਦਾ, ਭਾਵ ਉਹ ਸਾਡੇ ਮਨ 'ਚੋਂ ਬਾਹਰ ਲੈ ਕੇ ਆਉਂਦਾ ਹੈ। ਇਸ ਤਰ੍ਹਾਂ ਸਾਡੇ ਮਨੋਭਾਵਾਂ ਵਿੱਚ ਸੰਤੁਲਿਤ ਪੈਦਾ ਹੋ ਜਾਂਦਾ ਹੈ। ਤ੍ਰਾਸਦੀ ਦੀ ਇਸ ਪਰਿਭਾਸ਼ਾ ਵਿੱਚ ਮੁੱਖ ਤੌਰ 'ਤੇ ਪੰਜ ਗੱਲਾਂ ਆਖੀਆਂ ਜਾਂਦੀਆਂ ਨੇ ਜੋ ਸਕਰੀਨ 'ਤੇ ਤੁਹਾਡੇ ਸਾਹਮਣੇ ਨੇ ਆਪਾਂ ਸਮਝਾਵਾਂਗੇ। ਵਿਰੇਚਨ ਕਰਨ ਤੋਂ ਭਾਵ, ਦੇਖੋ ਜਦੋਂ ਕਿਸੇ ਦੇ ਮਨ ਦੇ ਵਿੱਚ ਕੋਈ ਬੋਝ, ਕੋਈ ਦੁੱਖ, ਕੋਈ ਚੀਜ਼ ਹੈ ਜਿਹੜੀ ਅਸੀਂ ਬਾਹਰ ਕੱਢਣਾ ਚਾਹੁੰਦੇ ਹਾਂ, ਜੋ ਚੀਜ਼ ਨੂੰ ਬਾਹਰ ਨਹੀਂ ਕੱਢਿਆ ਜਾਊਗਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਕੁਝ ਨਾ ਕੁਝ ਗਲਤ ਕਰੂਗਾ ਜ਼ਿੰਦਗੀ ਦੇ ਵਿੱਚ।
ਪਰ ਜਿਹੜਾ ਕਵੀ ਹੁੰਦਾ ਅਤੇ ਉਹ ਕਵਿਤਾ ਦੇ ਰਾਹੀਂ ਆਪਣੇ ਵਿਚਾਰਾਂ ਦੇ ਰਾਹੀਂ ਉਹ ਚੀਜ਼ ਨੂੰ ਬਾਹਰ ਕੱਢ ਦਿੰਦਾ, ਇਸ ਕਰਕੇ ਉਹ ਵੈਰੇਚਨ ਹੋ ਜਾਂਦਾ। ਅਤੇ ਤ੍ਰਾਸਦੀ ਕੀ ਹੈ? ਤ੍ਰਾਸਦੀ ਕਾਰਜ ਦਾ ਅਨੁਕਰਨ ਹੈ। ਪਹਿਲੀ ਗੱਲ, ਤ੍ਰਾਸਦੀ ਕਾਰਜ ਦਾ ਅਨੁਕਰਨ ਹੈ। ਇਹ ਕਾਰਜ ਆਪਣੇ ਆਪ ਵਿੱਚ ਪੂਰਾ ਗੰਭੀਰ, ਉਦਾਤ ਅਤੇ ਤ੍ਰਾਸਦੀ ਦੀ ਗੌਰਮਈ ਅਹਿਮੀਅਤ ਦੇ ਨਾਲ ਢੁਕਵਾਂ ਹੁੰਦਾ। ਤੀਜੀ ਗੱਲ ਕੀ ਹੈ? ਸਾਡੇ ਕੋਲ ਤ੍ਰਾਸਦੀ ਵਿੱਚ ਇਸ ਕਾਰਜ ਦਾ ਸਿੱਧਾ ਵਰਣਨ ਨਹੀਂ ਹੁੰਦਾ, ਸਗੋਂ ਅਦਾਕਾਰੀ ਅਤੇ ਪ੍ਰਦਰਸ਼ਨ ਰਾਹੀਂ ਹੁੰਦਾ। ਚੌਥੀ ਗੱਲ, ਤ੍ਰਾਸਦੀ ਦੀ ਭਾਸ਼ਾ ਜਿਹੜੀ ਸੰਦ ਲੈ ਅਤੇ ਗੀਤਾਂ ਨਾਲ ਅਲੰਕ੍ਰਿਤ ਹੁੰਦੀ ਹੈ, ਇਹ ਵੀ ਧਿਆਨ 'ਚ ਰੱਖਿਓ। ਅਤੇ ਅਗਲੀ ਗੱਲ, ਤ੍ਰਾਸਦੀ ਦਾ ਮਕਸਦ ਤ੍ਰਾਸ, ਕਰੁਣਾ ਪੈ ਆਦਿ ਭਾਵਾਂ ਨੂੰ ਜਗਾ ਕੇ ਉਹਨਾਂ ਦਾ ਵਿਰੇਚਨ ਕਰਕੇ ਮਨੋਭਾਵਾਂ ਵਿੱਚ ਸੰਤੁਲਨ ਪੈਦਾ ਕਰਨਾ, ਇਹਦੇ ਬਾਰੇ ਆਪਾਂ ਹੁਣੇ ਗੱਲ ਕਰ ਚੁੱਕੇ ਹਾਂ ਪਹਿਲਾਂ। ਅਤੇ ਨਾਲ ਦੀ ਨਾਲ ਕੀ ਹੈ ਕਿ ਅਰਸਤੂ ਦੇ ਅਨੁਸਾਰ ਹਰ ਤਰ੍ਹਾਂ ਦੇ ਸੇ ਅੰਗ ਲਾਜ਼ਮੀ ਹੁੰਦੇ ਹਨ ਜਿਹੜੇ ਕੁਸ਼ਤੀ ਗੌਰਵ ਨੂੰ ਉਘਾੜਦੇ ਹਨ। ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਕਿਹੜੇ ਸੇ ਜਿਹੜੇ ਅੰਗ ਨੇ। ਚਰਿੱਤਰ, ਚਿਤਰਨ, ਕਥਾਨਕ, ਪਦ ਰਚਨਾ, ਵਿਚਾਰ ਤੱਤ, ਦ੍ਰਿਸ਼ ਵਿਧਾਨ ਅਤੇ ਗੀਤ। ਇਹ ਕਿਸ ਤਰੀਕੇ ਨਾਲ ਸਹੀ ਹੁੰਦੇ ਨੇ ਸਾਡੇ, ਇਹਦੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਜੀ। ਅਤੇ ਫਿਲਹਾਲ ਅੱਜ ਲਈ ਇੰਨਾ ਕਾਫੀ ਆ। ਅਤੇ ਉਮੀਦ ਹੈ ਪਸੰਦ ਕੀਤੀ ਆਵਾਜ਼ ਤੁਹਾਡੇ ਪਸੰਦ ਆਈ ਹੋਵੇ ਵੀਡੀਓ। ਜੇ ਵੀਡੀਓ ਤੁਹਾਨੂੰ ਤੁਹਾਡੇ ਇਮਤਿਹਾਨ ਦੇ ਪੱਖ ਤੋਂ ਲੱਗ ਰਿਹਾ ਕਿ ਫਾਇਦੇਮੰਦ ਹੈ ਤਾਂ ਇੱਕ ਲਾਈਕ ਅਤੇ ਇੱਕ ਕਮੈਂਟ ਜ਼ਰੂਰ ਬਣਦਾ। ਇੰਨੀ ਕੁ ਮਿਹਨਤ ਲਈ ਇੱਕ ਲਾਈਕ ਅਤੇ ਕਮੈਂਟ ਕਰਕੇ ਦੱਸਿਆ ਕਰੋ, ਸਾਨੂੰ ਪਤਾ ਲੱਗਦਾ ਰਹਿੰਦਾ ਕਿ ਹਾਂਜੀ ਤੁਹਾਨੂੰ ਸਮਝ ਆਇਆ ਜਾਂ ਤੁਹਾਡੇ ਲਈ ਉਪਯੋਗੀ ਹੈ। ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਇਮਤਿਹਾਨ ਲਈ ਉਪਯੋਗੀ ਹੈ, ਤੁਹਾਡੇ ਲਾਈਕ ਅਤੇ ਕਮੈਂਟ ਤੋਂ ਹੀ ਅਸੀਂ ਅਗਲੀ ਵੀਡੀਓ ਲੈ ਕੇ ਆਉਂਦੇ ਹਾਂ ਅੱਗੇ ਵੀ ਪਹਿਲਾਂ ਵੀ। ਕਿਉਂਕਿ ਕਈ ਵਾਰੀ ਜਦੋਂ ਤੁਹਾਡਾ ਕੋਈ ਜਵਾਬ ਨਹੀਂ ਹੁੰਦਾ ਤਾਂ ਸਾਨੂੰ ਲੱਗਦਾ ਕਿ ਸ਼ਾਇਦ ਤੁਹਾਨੂੰ ਇਸ ਵਿਸ਼ੇ ਬਾਰੇ ਬਹੁਤ ਪਤਾ ਅਤੇ ਆਪਾਂ ਅਗਲੀ ਵੀਡੀਓ ਨਹੀਂ ਲੈ ਕੇ ਆਉਂਦੇ। ਕੋਸ਼ਿਸ਼ ਕਰਿਓ ਲਾਈਕ ਅਤੇ ਕਮੈਂਟ ਕਰਕੇ